ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਵੀਡੀਓ ਖਾਸ ਕਰਕੇ ਸਟੂਡੈਂਟਸ ਲਈ, ਆਪਣੇ ਸਟੂਡੈਂਟਸ ਦੀਆਂ ਆਪਾਂ ਵੀਡੀਓ ਬਹੁਤ ਪਾਈਆਂ ਨੇ, ਹੈ ਨਾ, ਕਿੱਦਾਂ ਫੀਸਾਂ ਕੱਢਣੀਆਂ ਨੇ, ਬਹੁਤ ਲੱਖਾਂ ਲੋਕਾਂ ਨੇ ਦੇਖੀਆਂ ਨੇ। 7 ਸਾਲ ਹੋ ਗਏ ਮੈਨੂੰ, ਮੈਂ ਬੇਸਿਕਲੀ ਆਪਦੇ ਜਿਹੜਾ ਮੇਰਾ ਆਪਦਾ ਕੀਤਾ ਹੋਇਆ ਕੰਮ ਹੁੰਦਾ ਜਾਂ ਮੈਂ ਆਪਦੇ ਲਾਈਫ ਦੇ ਐਕਸਪੀਰੀਅੰਸ ਦੀ ਦੱਸਦਾ ਹੁੰਦਾ, ਅਤੇ ਇਕੱਲੇ ਵਿਊ ਲੈਣ ਲਈ ਆਪਾਂ ਉੱਦਾਂ ਹੀ ਐਂ ਗੱਲਾਂ ਜਿਹੀਆਂ ਮਾਰ ਕੇ, ਉਹ ਗੱਲ ਦਾ ਸਵਾਦ ਨਹੀਂ ਆਉਂਦਾ ਜਿਹੜੀ ਗੱਲ ਜੈਨੂਅਨ ਦੇ ਵਿੱਚ ਨਾ ਹੋਵੇ ਨਾ। ਅਤੇ ਅੱਜ ਦੀ ਗੱਲ ਹੈਗੀ ਆ ਸਟੂਡੈਂਟਸ ਲਈ। ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਇੱਕ ਬੁੱਕ ਪੜ੍ਹੀ ਸੀਗੀ, ਦਾ ਰਿਚੈਸਟ ਪਰਸਨ ਆਫ ਬੇਬੀ ਲੋਨ। ਉਹਦੇ ਵਿੱਚ 5 ਤਰੀਕੇ ਦੱਸੇ ਸੀ ਬਟੂਏ ਦੇ ਵਿੱਚ ਪੈਸੇ ਸੇਵ ਕਰਨ ਲਈ, ਉਹ ਇੱਕ ਪਰਿਵਾਰ ਲੋਕਾਂ ਲਈ ਸੀਗੀ। ਅੱਜ ਦੀ ਵੀਡੀਓ ਦੇ ਵਿੱਚ ਬੇਸਿਕਲੀ ਸਟੂਡੈਂਟਸ ਲਈ ਹੈਗਾ, ਜਿਹੜੇ ਮੇਰੇ ਵੀਰ ਸਟੂਡੈਂਟਸ ਦੇ ਟਾਈਮ 'ਤੇ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਨੇ ਤੁਸੀਂ ਨਾ ਕਰਿਓ, ਤੁਸੀਂ ਪੈਸੇ ਸੇਵ ਕਿੱਦਾਂ ਕਰ ਸਕਦੇ ਹੋ। 2019 ਤੋਂ ਲੈ ਕੇ ਹੁਣ ਤੱਕ ਮੈਂ ਇਹ ਕੰਟੀਨਿਊ ਕਰ ਰਿਹਾ, ਇਹ ਤਰਕੀਬਾਂ ਤਾਂ ਮੇਰੇ ਲਈ ਬਹੁਤ ਕੰਮ ਕਰਦੀਆਂ ਨੇ। ਇਸ ਤਰਕੀਬਾਂ ਨੂੰ ਮੈਂ ਕ੍ਰੈਡਿਟ ਦੇਣਾ ਚਾਹੂੰਗਾ 2 ਬੁੱਕਸ ਨੂੰ। ਪਹਿਲੀ ਬੁੱਕ ਹੈਗੀ ਆ ਦਾ ਰਿਚੈਸਟ ਪਰਸਨ ਆਫ ਬੈਬੀਲੋਨ, ਬੈਬੀਲੋਨ ਦਾ ਸਭ ਤੋਂ ਅਮੀਰ ਵਿਅਕਤੀ ਪੰਜਾਬੀ ਦੇ ਵਿੱਚ, ਅਤੇ ਇੱਕ ਹੈਗੀ ਆ ਰਿਚ ਡੈਡ ਪੂਅਰ ਡੈਡ। ਇਹ ਦੋਨਾਂ ਕਿਤਾਬਾਂ ਦੇ ਵਿੱਚੋਂ ਮੈਂ ਗੱਲਾਂ ਸਿੱਖੀਆਂ ਨੇ ਅਤੇ ਮੈਂ ਖੁਦ ਹੰਢਾਈਆਂ ਨੇ, ਅਤੇ ਬਹੁਤ ਜ਼ਿਆਦਾ ਬੈਟਰ ਮੈਂ ਕਹਿੰਦਾ ਵੀ ਮੈਂ ਸੇਵਿੰਗ ਕੀਤੀ ਆ ਜਿਹੜੀ ਕਿ ਮੈਂ ਪੈਸੇ ਨਹੀਂ ਕਰ ਸਕਦਾ ਸੀ। ਇਹ ਮੇਰੇ 'ਤੇ ਕੰਮ ਕੀਤੀ ਆ, ਤੁਹਾਡੇ 'ਤੇ ਵੀ ਕੀਤੂਗੀ ਕਰੂਗੀ। ਪਹਿਲਾ ਤਰੀਕਾ ਹੁੰਦਾ ਕਿ ਮੈਂ ਆਪਦੀ ਮਨੀ 2019 ਤੋਂ ਬਾਅਦ ਟਰੈਕ ਕਰਨ ਲੱਗ ਗਿਆ। ਮੈਂ ਤੁਸੀਂ ਲਿਖ ਵੀ ਸਕਦੇ ਹੋ ਪੇਪਰ 'ਤੇ, ਜਾਂ ਕੋਈ 1-2 ਐਪਾਂ ਹੈਗੀਆਂ, ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਮੈਂ ਆਹ ਐਪ ਕਰਦਾ ਫਰੀ ਦੇ ਵਿੱਚ ਆ, ਅਤੇ ਮੈਂ ਕੀ ਕਰਦਾ ਹੁੰਦਾ, ਮੈਂ ਐਕਸਪੈਂਸਿਵ ਅਤੇ ਜਿਹੜੇ ਮੇਰੇ ਮੈਨੂੰ ਪੈਸੇ ਆਉਂਦੇ ਨੇ ਉਹ ਮੈਂ ਲਿਖਦਾ ਹੁੰਦਾ। ਤੁਸੀਂ ਕਿਤੋਂ ਚਾਹ ਲੈਂਦੇ ਹੋ, ਤੁਸੀਂ ਕਿਤੋਂ ਵੀ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕਿਰਸ ਕਰ ਰਹੇ ਹੋ। ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਹਾਡਾ ਬੇਫਾਲਤੂ ਦਾ ਖਰਚਾ ਕਿੱਥੇ ਹੋ ਰਿਹਾ। ਜੇ ਮੈਂ ਪੈਸੇ ਕਮਾ ਰਿਹਾ ਤਾਂ ਮੈਨੂੰ ਇਹ ਪਤਾ ਲੱਗੇ ਕਿ ਮੇਰੇ ਪੈਸੇ ਲੱਗ ਕਿੱਥੇ ਰਹੇ ਨੇ, ਕਿਉਂਕਿ ਪੈਸੇ ਕਮਾਉਣੇ ਸੌਖੇ ਨੇ, ਸਾਂਭਣੇ ਸਾਲੇ ਔਖੇ ਨੇ, ਇਹ ਲੱਗ ਜਾਂਦੇ ਨੇ। ਅਤੇ ਬੰਦਾ ਕੀ ਕਰਦਾ, ਬੰਦਾ ਪਤਾ ਨਹੀਂ ਲੱਗਦਾ ਨਾ ਅਕਾਊਂਟ 'ਚ ਪਏ ਪੈਸੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ। ਸੋ ਪਹਿਲੀ ਤਰੀਕਾ ਹੈਗਾ, ਤੁਸੀਂ ਆਪਦੇ ਪੈਸੇ ਲਿਖਣ ਲੱਗੋ, ਆਪਦਾ ਐਵਰੀਡੇ ਦਾ ਖਰਚਾ ਲਿਖੋ, ਤੁਹਾਨੂੰ ਪੈਸੇ ਆ ਰਹੇ ਨੇ ਜਾ ਰਹੇ ਨੇ। ਇਸ ਤੋਂ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਪੈਸੇ, ਤੁਸੀਂ ਟਰੈਕ ਕਰੋਗੇ। ਤੁਸੀਂ ਹਰ ਮਹੀਨੇ ਉਸ ਨਾਲ ਆਪਦੇ ਆਪ ਨਾਲ ਕੰਪੀਟੀਸ਼ਨ ਕਰੋ ਕਿ ਯਾਰ ਮੈਂ ਪਿਛਲੇ ਮਹੀਨੇ ਆਹ ਖਰਚਾ ਮੈਂ ਬੇਫਾਲਤੂ ਦਾ ਕਰਤਾ, ਹੈ ਨਾ, ਆਹ ਮਹੀਨੇ ਹੁਣ ਆਪਾਂ ਫਾਲਤੂ ਖਰਚਾ ਨਹੀਂ ਕਰਨਾ। ਇਸ ਨਾਲ ਤੁਸੀਂ ਦੇਖੋਗੇ ਵੀ ਬਹੁਤ ਜ਼ਿਆਦਾ ਚੇਂਜਸ ਆਉਣਗੇ। ਦੂਜਾ ਜਿਹੜਾ ਹੈਗਾ, ਮੈਂ ਪੜ੍ਹਿਆ ਸੀਗਾ ਜੀ ਰਿਚੈਸਟ ਪਰਸਨ ਆਫ ਬੇਬੀ ਲੋਨ ਦੀ ਕਿਤਾਬ ਦੇ ਵਿੱਚੋਂ, ਉਹ ਹੈਗਾ ਕਿ ਆਪਦੀ ਇਨਕਮ ਦਾ ਹਮੇਸ਼ਾ 90% ਯੂਜ਼ ਕਰੋ। ਤੁਹਾਡੇ ਕੋਲ $1,000 ਆ ਗਿਆ ਤੁਹਾਡੇ ਅਕਾਊਂਟ 'ਚ, ਤੁਸੀਂ ਰੱਖਤਾ, ਤੁਸੀਂ 1,000 ਦੇ ਹਿਸਾਬ ਨਾਲ ਆਪਦੇ ਫੈਸਲੇ ਲੈਣ ਲੱਗ ਜਾਓਗੇ। ਇਹ ਹੁੰਦੀ ਆ ਬੰਦੇ ਦੀ ਸਾਈਕੋਲੋਜੀ ਹੁੰਦੀ ਹੈ, ਬੰਦੇ ਦੀ ਮਾਨਸਿਕਤਾ ਇੱਦਾਂ ਦੀ ਬਣੀ ਹੁੰਦੀ ਆ ਕਿ ਬੰਦਾ ਇੱਦਾਂ ਹੀ ਹੁੰਦਾ, ਸਾਰੇ ਇੱਦਾਂ ਦੇ ਨੇ, ਹੈ ਨਾ। ਤੁਸੀਂ ਕਰਨਾ ਕਿ ਜਦੋਂ ਤੁਹਾਡੇ ਕੋਲ $1,000 ਆਉਂਦਾ, ਤੁਸੀਂ ਸਿਰਫ ਉਸ ਦੇ ਵਿੱਚ $700 ਤੋਂ $800 ਰੱਖੋ, $200 ਕੱਢ ਕੇ ਸਾਈਡ 'ਤੇ ਰੱਖ ਦਿਉ। ਮੈਂ ਅਕਸਰ ਕਰਦਾ ਹੁੰਦਾ, ਮੈਂ ਕਢਾ ਕੇ ਕੈਸ਼ ਰੱਖ ਲੈਣਾ ਹੁੰਦਾ ਸਾਈਡ 'ਤੇ। ਉਸ ਨਾਲ ਕੀ ਹੁੰਦਾ ਵੀ ਕੈਸ਼ ਬੰਦੇ ਨੂੰ ਯਾਦ ਨਹੀਂ ਰਹਿੰਦਾ ਮੇਰਾ ਸਾਈਡ 'ਤੇ ਪਿਆ, ਫਿਰ ਬੰਦਾ 800 ਦੇ ਹਿਸਾਬ ਨਾਲ ਚੱਲਣ ਲੱਗ ਜਾਂਦਾ। ਸਾਲ ਦੇ ਐਂਡ 'ਤੇ ਦੇਖੋਗੇ ਤੁਸੀਂ 200-200 ਦੇ ਹਿਸਾਬ ਨਾਲ, ਤੁਸੀਂ ਜੇ ਮਹੀਨੇ ਦਾ ਵੀ ਆਪਦਾ 500-600 ਸੇਵ ਕਰ ਰਹੇ ਹੋ, ਤਾਂ ਤੁਸੀਂ ਕਾਫੀ ਪੈਸੇ ਸਾਲ ਦੇ ਐਂਡ 'ਤੇ ਇਕੱਠੇ ਕਰ ਸਕਦੇ ਹੋ। ਇਹ ਮੈਂ ਤਰਕੀਬ ਕਰਕੇ ਦੇਖੀ ਆ, ਅਤੇ ਮੇਰੇ ਪੈਸੇ ਹੁਣ ਤੱਕ ਜਿਹੜੇ ਸੇਵਿੰਗ ਆ ਉਹੀ ਜਿਹੜੀ ਮੈਂ ਸਾਈਡ 'ਤੇ ਕੱਢੀ ਸੀਗੀ, ਜਿਹੜੇ ਮੈਂ ਬਟੂਏ 'ਚ ਨਹੀਂ ਰੱਖੇ ਸੀਗੇ, ਮਤਲਬ ਸਾਈਡ 'ਤੇ ਰੱਖਦੇ ਸੀਗੇ। ਸੋ ਦੂਜਾ ਤਰੀਕਾ ਇਹੀ ਆ ਵੀ ਮਿੱਤਰੋ, ਆਪਦੀ ਇਨਕਮ ਦਾ ਹਮੇਸ਼ਾ 90% ਯੂਜ਼ ਕਰੋ, 10% ਸਾਈਡ 'ਤੇ ਰੱਖੋ, ਇਸ ਨਾਲ ਤੁਹਾਡੇ ਪੈਸੇ ਸੇਵ ਹੋਣਗੇ। ਤੀਜਾ, ਇਸ ਦੇ ਨਾਲ ਹੀ ਕੰਟੈਕਟ ਕਰਾਂਗੇ ਆਪਣਾ, ਜੇ ਤੁਹਾਡੀ GIC ਆਉਂਦੀ ਹੈ, GIC ਨੂੰ ਅਕਾਊਂਟ ਦੇ ਵਿੱਚ ਮੈਂ ਕਹਿੰਦਾ ਹੁੰਦਾ ਵੀ ਰੱਖੋ ਨਾ, ਕਿਉਂਕਿ ਅਕਾਊਂਟ ਦੇ ਵਿੱਚ ਪਏ ਪੈਸੇ ਚੱਲ ਜਾਂਦੇ ਨੇ, ਇਹ ਮੇਰੀ ਪਰਸਨਲ ਓਪੀਨੀਅਨ ਆ। ਤੁਸੀਂ ਉਸ ਪੈਸੇ ਨੂੰ ਕਢਾ ਕੇ ਸਾਈਡ 'ਤੇ ਰੱਖ ਸਕਦੇ ਹੋ, ਕੈਸ਼ ਦੇ ਰੂਪ ਦੇ ਵਿੱਚ ਸਾਈਡ 'ਤੇ, ਕਿਉਂਕਿ ਤੁਹਾਨੂੰ ਉਹ ਦਿਸਣਾ ਨਹੀਂ ਅਕਾਊਂਟ ਦੇ ਵਿੱਚ। ਉਸ ਦੇ ਨਾਲ ਤੁਸੀਂ ਫੈਸਲੇ ਉਸ ਹਿਸਾਬ ਨੂੰ ਨਹੀਂ ਲੈਣੇ ਵੱਡੇ ਬੇਫਾਲਤੂ ਦੇ, ਤਾਂ ਤੁਹਾਡੇ ਪੈਸੇ ਬਚਣ ਲੱਗਣਗੇ ਹੀ ਲੱਗਣਗੇ। ਇਹ ਬਹੁਤ ਵਧੀਆ ਤਰਕੀਬ ਆ, ਜੇ ਤੁਸੀਂ ਹੰਢਾ ਕੇ ਦੇਖੋਗੇ 2 ਮਹੀਨੇ ਮੇਰੇ ਕਹਿਣ 'ਤੇ, ਤੁਸੀਂ ਦੇਖੋਗੇ ਪੈਸੇ ਸੇਵ ਹੋਣ ਲੱਗ ਜਾਣਗੇ।
ਕਿਉਂਕਿ ਬੰਦੇ ਕੋਲ ਜਿੰਨੇ ਪੈਸੇ ਪਏ ਹੁੰਦੇ ਨੇ ਬਟੂ ਦੇ ਵਿੱਚ ਬੰਦਾ ਉਸ ਹਿਸਾਬ ਨਾਲ ਖਰਚਾ ਕਰੀ ਜਾਂਦਾ। ਮੈਂ 90% ਆਪਦੀ ਇਨਕਮ ਯੂਜ਼ ਕਰ ਦਿੰਦਾ, 10% ਕੱਢ ਦਿੰਦਾ, ਜੇ ਮੇਰੇ ਕੋਲ $2,000 ਆਉਂਦਾ, $1,000 ਆਉਂਦਾ, ਮੈਂ ਸਾਈਟ 'ਤੇ ਕੱਢ ਦਿੰਦਾ ਹੁੰਦਾ। ਤੀਜਾ ਹੈਗਾ, ਬਹੁਤ ਮੇਰੇ ਵੀਰ ਜਿਹੜੇ ਮੇਰੀ ਥਾਂ 'ਤੇ ਆ ਜਾਂਦੇ ਨੇ, ਖਾਸ ਕਰਕੇ ਜਦੋਂ 4 ਪੈਸੇ ਆਉਣ ਲੱਗ ਜਾਂਦੇ ਨੇ, ਬੰਦਾ ਇਨਵੈਸਟਮੈਂਟ ਕਰਨ ਲੱਗ ਜਾਂਦਾ ਨਾ। ਮੈਂ ਹਜੇ ਤੱਕ ਘਰ ਨਹੀਂ ਲਿਆ, ਤੁਹਾਨੂੰ ਪਤਾ ਨਾ, ਚਲੋ ਉਹ ਵੀ ਇੱਕ ਚੰਗੀ ਇਨਵੈਸਟਮੈਂਟ ਆ ਪ੍ਰੋਪਰਟੀ 'ਤੇ। ਮੈਂ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਪ੍ਰੋਪਰਟੀ ਬਾਏ ਕਰਨ ਦੇ ਵਿੱਚ ਜ਼ਿਆਦਾ, ਇਹ ਮੈਂ ਰਿਚ ਡੈਡ ਪੂਅਰ ਡੈਡ ਤੋਂ ਸਿੱਖਿਆ ਸੀ ਕਿ ਤੁਸੀਂ ਪ੍ਰੋਪਰਟੀ 'ਤੇ ਇਨਵੈਸਟ ਕਰੋ, ਨਾ ਗਹਿਣੇ ਲੈ ਸਕਦੇ ਹੋ, ਤੁਸੀਂ ਪ੍ਰੋਪਰਟੀ ਲੈ ਸਕਦੇ ਹੋ। ਕਾਰ ਲੈਣ ਨਾਲੋਂ, ਹੋਰ ਚੀਜ਼ ਬਣਾਉਣ ਨਾਲੋਂ ਮੇਰੇ ਖਿਆਲ 'ਚ ਪ੍ਰੋਪਰਟੀ 'ਤੇ ਇਨਵੈਸਟਮੈਂਟ ਕੀਤਾ ਜ਼ਿਆਦਾ ਚੰਗਾ। ਤੁਸੀਂ ਇੰਡੀਆ ਆਪਦੀ ਪ੍ਰੋਪਰਟੀ ਲੈ ਸਕਦੇ ਹੋ, ਤੁਸੀਂ ਇੰਡੀਆ ਪੈਸੇ ਭੇਜਦੇ ਹੋ ਨਾ। ਇੱਥੇ ਮੈਂ ਬੇਸਿਕਲੀ ਮੈਂ ਇੱਕ ਐਪ ਦਾ ਜ਼ਿਕਰ ਕਰਨਾ ਚਾਹੂੰਗਾ, ਪੇਪੈਨੀ ਐਪ ਦਾ, ਜਿਹਦੇ ਨਾਲ ਤੁਸੀਂ ਇੰਡੀਆ ਪੈਸੇ ਭੇਜ ਸਕਦੇ ਹੋ। ਉਸ ਦੇ ਨਾਲ ਤੁਹਾਨੂੰ ਕੀ ਹੋ, ਜੇ ਤੁਸੀਂ ਹਰ ਮਹੀਨੇ ਰੈਗੂਲਰਲੀ ਪੈਸੇ ਭੇਜਦੇ ਹੋ, ਪਹਿਲੀ ਗੱਲ ਤਾਂ ਤੁਹਾਨੂੰ ਟ੍ਰਾਂਸਫਰ ਫੀਸ ਨਹੀਂ ਲੱਗਣੀ। ਜਦੋਂ ਆਪਾਂ ਇੰਡੀਆ ਪੈਸੇ ਭੇਜਦੇ ਹਾਂ, ਬਹੁਤ ਸਾਰੀਆਂ ਐਪਸ ਨੇ ਤੁਹਾਨੂੰ ਟ੍ਰਾਂਸਫਰ ਫੀਸ ਬਹੁਤ ਲੈ ਜਾਂਦੇ ਨੇ, ਤੁਹਾਨੂੰ ਲੱਗ ਰਿਹਾ ਹੁੰਦਾ ਵੀ ਯਾਰ $1 ਦੇ ਇੰਨੇ ਪੈਸੇ ਬਣਦੇ ਨੇ, ਬਟ ਟ੍ਰਾਂਸਫਰ ਫੀਸ ਤੁਸੀਂ ਲਗਭਗ ਤੁਹਾਡੇ $10 to $12 ਹਰ ਟ੍ਰਾਂਜੈਕਸ਼ਨ ਪਿੱਛੇ ਲੱਗ ਰਹੇ ਹੁੰਦੇ ਨੇ, ਉਹ ਤੁਸੀਂ ਗਿਣਦੇ ਨਹੀਂ। ਸੋ ਪੇਪੈਨ ਦੀ ਐਪ ਦੀ ਖਾਸੀਅਤ ਇਹ ਹੈ ਕਿ ਤੁਸੀਂ 0 ਟ੍ਰਾਂਸਫਰ ਫੀਸ ਆ। ਦੂਜੀ ਗੱਲ ਤਾਂ ਰੇਟ, ਗੂਗਲ ਨਾਲੋਂ ਬੈਟਰ ਰੇਟ ਮਿਲਦਾ। ਜੇ ਅੱਜ $62 ਗੂਗਲ ਦੇ ਰਿਹਾ, ਦੱਸ ਰਿਹਾ, ਤਾਂ ਪੇਪੈਨੀ $63 ਦੇਊਗੀ। ਸੋ $1 ਪਿੱਛੇ ਤੁਸੀਂ ਦੇਖ ਲਓ ਸੇਵ ਕਰ ਰਹੇ ਹੋ ਨਾ। ਸੋ ਬੇਸਿਕਲੀ ਇਹ ਐਪ ਆ, ਤੁਸੀਂ ਪੈਸੇ ਭੇਜ ਸਕਦੇ ਹੋ, 24/7 ਇਹਨਾਂ ਦੀ ਕਸਟਮਰ ਸਰਵਿਸ ਹੈਗੀ ਆ, ਅਤੇ ਇਸ ਤੋਂ ਬਿਨਾਂ ਤੁਸੀਂ ਪੈਸੇ ਵੀ ਕਮਾ ਸਕਦੇ ਹੋ। ਜੋ ਸਟੂਡੈਂਟ ਨੂੰ ਚਾਹੀਦੇ ਹੁੰਦੇ ਨੇ, ਤੁਸੀਂ ਇਸ ਐਪ ਨੂੰ ਰੈਫਰ ਕਰ ਸਕਦੇ ਹੋ, ਅਤੇ ਦੋਸਤਾਂ ਨੂੰ ਮਿੱਤਰਾਂ ਨੂੰ ਦੱਸ ਸਕਦੇ ਹੋ ਕਿ ਤੁਹਾਡਾ ਉਹ ਰੈਫਰਲ ਕੋਡ ਯੂਜ਼ ਕਰਨ। ਤੁਸੀਂ ਮੇਰਾ ਕੋਡ ਯੂਜ਼ ਕਰ ਸਕਦੇ ਹੋ ਆਹ ਵਾਲਾ। ਇਸ ਨਾਲ ਕੀ ਹੋਊਗਾ ਵੀ ਤੁਹਾਨੂੰ ਹਰ ਜਿਹੜਾ ਤੁਸੀਂ ਕਿਸੇ ਨੂੰ ਰੈਫਰ ਕੋਡ ਦਿਓਗੇ ਆਪਦਾ, ਉਹ ਪਹਿਲੀ ਟ੍ਰਾਂਜੈਕਸ਼ਨ ਕਰੂ ਇੰਡੀਆ ਦੇ ਵਿੱਚ, ਅਤੇ ਪਹਿਲੀ ਟ੍ਰਾਂਜੈਕਸ਼ਨ ਤੁਹਾਨੂੰ $10 ਮਿਲਣਗੇ। ਸੋ ਇਹ ਐਪ ਤੁਸੀਂ ਡਾਊਨਲੋਡ ਕਰ ਲਓ ਜੀ, ਦਿੱਤੇ ਲਿੰਕ ਥੱਲੇ ਮੈਂ ਲਿੰਕ ਪਾ ਦੇਣਾ। ਜੇ ਤੁਸੀਂ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਵੀਡੀਓ ਦੇਖ ਰਹੇ ਹੋ, ਤੁਸੀਂ ਮੈਂ ਲਿੰਕ ਪਾਇਆ ਹੋਇਆ ਥੱਲੇ ਜਾ ਕਲਿੱਕ ਕਰ ਸਕਦੇ ਹੋ, ਅਤੇ ਇਸ ਰਾਹੀਂ ਤੁਸੀਂ ਪੈਸੇ ਭੇਜ ਸਕਦੇ ਹੋ। ਇੰਡੀਆ ਦੇ ਵਿੱਚ ਤੁਸੀਂ ਪੈਸੇ ਇਨਵੈਸਟ ਕਰ ਸਕਦੇ ਹੋ, ਕਿ ਇਹਦੇ ਨਾਲ ਕੀ ਹੋਊ, ਤੁਹਾਡਾ ਇੱਕ ਐਸੈਟ ਬਣ ਜੂਗਾ। ਐਸੈਟ ਕਹਿਣ ਤੋਂ ਭਾਵ ਤੁਸੀਂ ਜੇ ਪ੍ਰੋਪਰਟੀ ਬਾਏ ਕੀਤੀ ਹੈ, ਤਾਂ ਤੁਹਾਨੂੰ ਹਰ ਮਹੀਨੇ ਉਸ ਤੋਂ ਤੁਹਾਨੂੰ ਠੇਕਾ ਆਉਣਾ। ਹਰ ਮਹੀਨੇ ਨਹੀਂ, ਮਤਲਬ ਹਰ ਸਾਲ ਤੁਹਾਨੂੰ ਜਿਹੜਾ ਛਮਾਹੀ ਠੇਕਾ ਆਉਂਦਾ, ਠੇਕੇ ਦੇ ਨਾਲ ਤੁਹਾਡਾ ਇੱਕ ਐਸੈਟ ਬਣ ਜਾਂਦਾ। ਉਸ ਐਸੈਟ ਦੇ ਨਾਲ ਜੇ ਤੁਸੀਂ ਮੰਨ ਲਓ ਤੁਸੀਂ ਆਪਦੀ ਹੁਣ ਤੱਕ ਤੁਸੀਂ ਜਿੱਦਾਂ ਮੈਂ ਜਿੱਦਾਂ ਜ਼ਮੀਨ ਬਣਾਈ ਹੈ, ਤੁਸੀਂ ਵੀ ਜੇ 3-4 ਕਿੱਲੇ ਬਣਾਉਣੇ ਹੋ, 3-4 ਕਿੱਲਿਆਂ ਦਾ ਠੇਕਾ ਬਹੁਤ ਹੁੰਦਾ। ਉਸ ਠੇਕੇ ਦੇ ਨਾਲ ਤੁਸੀਂ ਕੋਈ ਹੋਰ ਬਿਜ਼ਨਸ ਬਾਏ ਕਰ ਸਕਦੇ ਹੋ, ਉੱਥੋਂ ਤੁਹਾਨੂੰ ਇਨਕਮ ਆਉਣੀ ਹੈ। ਇਹ ਐਸੈਟ ਹੁੰਦੇ ਨੇ ਆਪਣੇ ਜਿਹੜੇ ਤੁਸੀਂ ਬਣਾ ਸਕਦੇ ਹੋ ਆਪਦੀ ਏਜ ਦੇ ਵਿੱਚ, ਕਿਉਂਕਿ 25 to 35 ਦੇ ਵਿੱਚ ਹੀ ਤੁਸੀਂ 4 ਉਹ ਕਦਮ ਚੱਕ ਸਕਦੇ ਹੋ ਜਿਹੜੇ ਤੁਹਾਨੂੰ ਉਹਦੇ ਬਾਅਦ ਖਾਣ ਦੇ ਵਿੱਚ ਹੈਲਪ ਕਰਨਗੇ। ਇਹ ਏਜ ਹੁੰਦੀ ਹੈ ਕਮਾਉਣ ਦੀ, ਉਸ ਤੋਂ ਬਾਅਦ ਬੰਦੇ ਨੇ ਕੀ ਕਰਨਾ ਹੈ ਨਾ, ਕਿੰਨਾ ਕੁ ਤੁਸੀਂ ਸਾਰੀ ਉਮਰ ਕਮਾਈ ਜਾਓਗੇ। ਜਿਵੇਂ ਹੁਣ ਆਪਣਾ ਟਿੰਟ ਦਾ ਕੰਮ ਆ, ਆਪਣਾ ਸੋਸ਼ਲ ਮੀਡੀਆ ਦਾ ਕੰਮ ਆ, ਆਪਣਾ ਨਾਲ ਕਿਤਾਬਾਂ ਦਾ ਕੰਮ ਆ, ਮੇਰੇ ਐਸੈਟ ਨੇ। ਇਹ ਤੋਂ ਬਿਨਾਂ ਮੇਰਾ ਠੇਕਾ ਜਿਹੜਾ ਇੰਡੀਆ ਤੋਂ ਜ਼ਮੀਨ ਤੋਂ ਆਉਂਦਾ, ਉਹ ਮੇਰੇ 4 ਮੇਰੇ ਇਨਕਮ ਸੋਰਸ ਹੋ ਗਏ। ਇਨਕਮ ਸੋਰਸ ਇਨਕਰੀਜ਼ ਕਰੋ। ਪੰਜਵਾਂ ਪੁਆਇੰਟ ਤੁਹਾਡਾ ਇਹੀ ਆ ਜਿਹੜਾ ਤੁਹਾਨੂੰ ਚੌਥੇ ਪੁਆਇੰਟ ਤੋਂ ਇਨਕਰੀਜ਼ ਹੋ ਕੇ ਪੰਜਵੇਂ ਪੁਆਇੰਟ 'ਤੇ ਲੈ ਕੇ ਆਉਂਦਾ। ਚੌਥੇ ਪੁਆਇੰਟ ਦੇ ਵਿੱਚ ਇਹੀ ਆ ਕਿ ਤੁਸੀਂ ਆਪਦੀ ਜਿਹੜੀ 4 ਪੈਸੇ ਨੇ ਉਹ ਕਿਤੇ ਇਨਵੈਸਟ ਕਰੋ। ਗੋਲਡ 'ਤੇ ਕਰ ਸਕਦੇ ਹੋ ਤੁਸੀਂ, ਜਿਹੜਾ ਗੋਲਡ ਅੱਜ 100 ਦਾ, ਉਹ ਸਾਲਾ ਮਹੀਨੇ ਬਾਅਦ $200 ਦਾ ਇੱਕ ਐਗਜ਼ਾਮਪਲ ਆ, ਮਤਲਬ ਬੇਸਿਕਲੀ ਵਾਧਾ। ਕੋਈ ਪ੍ਰੋਪਰਟੀ ਲਈ ਹੈ ਤੁਸੀਂ, ਉਹ ਇਸ ਸਾਲ ਜੇ $100 ਦੀ, ਅਗਲੇ ਸਾਲ $200 ਦੀ, ਇੱਕ ਐਗਜ਼ਾਮਪਲ ਆ, ਤੁਸੀਂ ਲੱਖਾਂ ਦੀ ਲਈ ਆ, ਅਗਲੇ ਸਾਲ ਉਹ ਡਬਲ ਹੋ ਜਾਂਦੀ ਆ। ਪੰਜਵਾਂ ਪੁਆਇੰਟ ਤੁਹਾਡਾ ਇਹੀ ਆ ਕਿ ਤੁਹਾਡੇ ਜੇ ਇਨਕਮ ਸੋਰਸ ਜ਼ਿਆਦਾ ਨੇ ਤਾਂ ਤੁਹਾਨੂੰ ਉਨਾ ਹੀ ਸੌਖਾ ਹੋਊਗਾ। ਕਈ ਖਰਚੇ ਹੁੰਦੇ ਨੇ ਜਿਹੜੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਤੁਹਾਡੀ ਗਰੋਸਰੀ ਐਵਰੀਡੇ ਉਨੀ ਰਹਿਣੀ ਆ, ਤੁਹਾਡਾ ਰੈਂਟ ਬੇਸਿਕਲੀ ਜੇ ਤੁਸੀਂ ਰੈਂਟ 'ਤੇ ਰਹਿੰਦੇ ਹੋ, ਕਾਰ ਦਾ ਖਰਚਾ ਉਹ ਉਨਾ ਹੀ ਰਹਿਣਾ ਜੇ ਤੁਸੀਂ ਕਾਰ ਲੈ ਲਈ ਹੈ ਨਾ। ਇਸ ਨੂੰ ਕਿਵੇਂ ਘਟਾਓਗੇ? ਕਾਰ ਵੇਚ ਦੋਗੇ, ਚਲੋ ਛੋਟੀ ਕਾਰ ਆ ਜੂਗੀ। ਜੇ ਘਰ ਰੈਂਟ 'ਤੇ ਲਿਆ ਹੋਇਆ ਜਾਂ ਤੁਸੀਂ ਰੈਂਟ ਤੁਹਾਨੂੰ ਆ ਰਿਹਾ,
ਤੁਸੀਂ ਆਪਦਾ ਘਰ ਬਣਾਉਣ 'ਚ ਹਜੇ ਟਾਈਮ ਲੈ ਰਹੇ ਹੋ, ਕਿਉਂਕਿ ਘਰ ਹਜੇ ਮਿਲ ਜਾਂਦਾ ਹੁੰਦਾ, ਤੁਸੀਂ ਲੱਖ ਡੇਢ ਲੱਖ ਡਾਲਰ ਚਾਹੀਦਾ, ਤੁਹਾਡੀ ਇਨਕਮ ਇੰਨੀ ਹੈ ਨਹੀਂ, ਤੁਸੀਂ ਰੈਂਟ ਨਹੀਂ ਕੰਟਰੋਲ ਕਰ ਸਕਦੇ, ਗਰੋਸਰੀ ਤਾਂ ਕੋਈ ਕੰਟਰੋਲ ਕਰ ਨਹੀਂ ਸਕਦਾ, ਗਰੋਸਰੀ ਤੁਸੀਂ 100-150 ਘੱਟ ਕਰ ਦੋਗੇ, ਪਰ ਗਰੋਸਰੀ ਤਾਂ ਉਨੀ ਖਾਂਦਾ ਬੰਦਾ, ਹੁਣ ਭੁੱਖਾ ਤਾਂ ਰਹਿਣਾ ਨਹੀਂ। ਸੋ ਬੇਸਿਕਲੀ ਇਹ ਖਰਚੇ ਕੰਟਰੋਲ ਨਹੀਂ ਕਰ ਸਕਦੇ, ਸੋ ਇਹਦੇ ਲਈ ਕੀ ਕਰਨਾ, ਤੁਸੀਂ ਆਪਦੇ ਜਿਹੜੇ ਇਨਕਮ ਸੋਰਸ ਨੇ ਉਹ ਇਨਕਰੀਜ਼ ਕਰ ਸਕਦੇ ਹੋ। ਇਨਕਮ ਸੋਰਸ ਤੁਹਾਡੇ ਉਹ ਸਕਿੱਲ ਵਾਲੀ ਜੋਬ ਜਿਹੜੀ ਤੁਸੀਂ ਕਰਦੇ ਹੋ ਨਾਲ ਕੋਈ ਸਾਈਡ ਬਾਏ ਸਾਈਡ, ਇੱਕ ਤਾਂ ਉਹ ਹੋ ਗਈ ਤੁਹਾਡੀ GIC ਹੋ ਗਈ ਜਿਹੜੀ ਆਉਂਦੀ ਆ ਉਹਨੂੰ ਸਾਈਡ 'ਤੇ ਕੱਢੋ, ਤੀਜੇ ਨੰਬਰ 'ਤੇ ਤੁਹਾਡੇ ਜਿਹੜੇ 4 ਪੈਸੇ ਇੰਡੀਆ 'ਚ ਤੁਸੀਂ ਠੇਕਾ ਆਉਂਦਾ ਤੁਸੀਂ ਉਹ ਸਾਈਡ 'ਤੇ ਕੱਢੋ, ਇਹ ਤੁਹਾਡੇ ਇਨਕਮ ਸੋਰਸ ਹੋ ਗਏ। ਪੰਜਵਾਂ ਪੁਆਇੰਟ ਇਹੀ ਆ ਕਿ ਇਨਕਮ ਸੋਰਸ ਜਿਹੜੇ ਕਿ ਰਿਚ ਡੈਡ ਪੂਅਰ ਡੈਡ ਕਿਤਾਬ ਤੋਂ ਮੈਂ ਸਿੱਖਿਆ ਕਿ ਆਪਦੇ ਇਨਕਮ ਸੋਰਸ ਜਨਰੇਟ ਕਰੋ ਹੋਰ। ਜੇ ਤੁਹਾਡੇ ਕੋਲ 4 ਇਨਕਮ ਸੋਰਸ ਹੋਣਗੇ, ਜੇ ਤੁਹਾਡੇ ਕੋਲ ਇੱਕ ਜੋਬ ਆ, ਇੱਕ ਜੋਬ ਤਾਂ ਤੁਹਾਨੂੰ $2,000 ਬਣਦਾ, ਉਹਦੇ ਨਾਲ ਤੁਹਾਡੇ ਸਿਰਫ ਖਰਚੇ ਕੰਟਰੋਲ ਹੋਣਗੇ। 80-90% ਤੁਸੀਂ ਕੀ ਇਨਕਮ ਯੂਜ਼ ਕਰੋਗੇ, 10% ਸਾਈਡ 'ਤੇ ਕਿਵੇਂ ਰੱਖੋਗੇ, ਖਰਚੇ ਇੰਨੇ ਜ਼ਿਆਦਾ ਨੇ ਕਿ ਤੁਹਾਨੂੰ ਐਕਸਟਰਾ ਪੈਸੇ ਲੱਗ ਰਹੇ ਨੇ, ਇੰਡੀਆ ਤੋਂ ਮੰਗਾਉਣੇ ਪੈ ਰਹੇ ਨੇ। ਸੋ ਇਹਦੇ ਲਈ ਤੁਹਾਨੂੰ ਬੈਸਟ ਚੀਜ਼ ਇਹੀ ਹੈ ਕਿ ਤੁਸੀਂ ਇਨਕਮ ਸੋਰਸ ਇਨਕਰੀਜ਼ ਕਰ ਸਕਦੇ ਹੋ। ਬਾਕੀ ਜੀ ਆਹੀ ਮੇਰੀ ਸਲਾਹ, ਬਹੁਤੀ ਵੱਡੀ ਵੀਡੀਓ ਨੂੰ ਲੈ ਕੇ ਜਾਂਦਾ, ਇਹ ਕੋਈ ਬਾਹਲੇ ਜ਼ਿਆਦਾ ਔਖੀਆਂ ਗੱਲਾਂ ਨਹੀਂ ਹੈਗੀਆਂ, ਤੁਸੀਂ ਆਪਦੇ ਡੇਲੀ ਲਾਈਫ 'ਚ ਤੁਸੀਂ ਇਹ ਯੂਜ਼ ਕਰਕੇ ਦੇਖੋ। ਮੈਂ ਕੀਤੀਆਂ ਨੇ 2019 ਤੋਂ ਬਾਅਦ, ਅਤੇ ਮੈਂ ਕਿਹਾ ਵੀ ਪੈਸਾ ਫਿਰ ਖੜਨ ਲੱਗਿਆ ਜਦੋਂ ਮੈਂ ਸਾਈਡ 'ਤੇ ਕੈਸ਼ ਰੱਖਣ ਲੱਗਿਆ, ਜਾਂ ਸਾਈਡ 'ਤੇ ਹੋਰ ਜਿਵੇਂ ਆਪਦੀ ਵਾਈਫ ਨੂੰ ਦੇ ਦਿੰਦਾ, ਜਾਂ ਕੋਈ ਇਹੋ ਜਿਹਾ ਅਕਾਊਂਟ ਖੁਲਾਓ ਜਿਹੜਾ ਖੋਲ੍ਹਣਾ ਨਹੀਂ ਕਦੇ ਤੁਸੀਂ, ਜਾਂ ਤੁਸੀਂ TFSA 'ਚ ਇਨਵੈਸਟ ਕਰ ਸਕਦੇ ਹੋ। TFS ਇੱਕ ਇੱਦਾਂ ਦਾ ਅਕਾਊਂਟ ਆ, ਮਤਲਬ ਇੱਕ ਬੈਂਕ ਅਕਾਊਂਟ ਹੀ ਲਾ ਲਓ, ਤੁਹਾਡਾ ਇੱਕ ਐਸਾ ਅਕਾਊਂਟ ਖੁੱਲ੍ਹ ਜਾਂਦਾ ਜਿਹਦੀ ਮਨੀ ਹੈਗੀ ਆ ਟੈਕਸ ਫਰੀ ਆ ਨਾ, ਬੈਂਕ ਦੇ ਵਿੱਚ ਤੁਸੀਂ ਪੈਸੇ, ਤੁਹਾਨੂੰ ਟੈਕਸ ਲੱਗਦਾ ਉਹ, ਜੇ ਤੁਹਾਨੂੰ ਟੈਕਸ ਨਹੀਂ ਲੱਗੂਗਾ। ਇਹ ਹੈਗੀਆਂ ਨੇ ਮੋਟੇ ਮੋਟੀਆਂ ਜਿਹੀਆਂ ਗੱਲਾਂ। ਬਾਕੀ ਤੁਸੀਂ ਰਿਚ ਡੈਡ ਪੂਅਰ ਡੈਡ ਕਿਤਾਬ ਪੜ੍ਹੋ, ਤੁਹਾਨੂੰ ਹੋਰ ਬੈਟਰ ਸਮਝ ਆਊਗੀ। ਬੈਬੀਲੋਨ ਦਾ ਸਭ ਤੋਂ ਅਮੀਰ ਵਿਅਕਤੀ, ਤੁਸੀਂ ਉਹ ਕਿਤਾਬ ਪੜ੍ਹ ਸਕਦੇ ਹੋ, ਤੁਹਾਨੂੰ ਉੱਥੋਂ ਪਤਾ ਲੱਗੂਗਾ। ਇਹ ਗੱਲਾਂ ਸਿੱਖਣ ਲਈ ਤੁਹਾਡੇ ਕੋਲ ਆਹੀ ਏਜ ਆ ਮਿੱਤਰੋ। ਸਟੂਡੈਂਟਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਦੇ ਪੈਸੇ ਬਚਾਓ, $1-1 'ਚ ਫੀਸਾਂ ਨਿਕਲਗੀਆਂ, $1-1 'ਚ ਤੁਹਾਡੇ ਖਰਚੇ ਨਿਕਲਣਗੇ, ਤੁਸੀਂ 4 ਪੈਸੇ ਇੰਡੀਆ ਭੇਜੋਗੇ, ਫਿਰ ਹੀ ਬਾਬਾ ਕੁਛ ਨਾ ਕੁਛ ਬਣ ਸਕੋਗੇ ਇੱਥੇ ਹੱਥ ਕੁੱਟ ਕੇ। ਨਹੀਂ ਤਾਂ ਫਿਰ ਇਹ ਕੈਨੇਡਾ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਲੋਕ ਸੜਕਾਂ 'ਤੇ ਆਉਣ ਲਈ ਮਜਬੂਰ ਹੋਏ ਪਏ ਨੇ, ਖਰਚੇ ਕੰਟਰੋਲੋਂ ਬਾਹਰ ਹੋਏ ਪਏ ਨੇ, ਕਿਉਂਕਿ ਕਿਸੇ ਟਾਈਮ ਸੇਵਿੰਗ ਨਹੀਂ ਕੀਤੀ, ਕਿਸੇ ਟਾਈਮ ਕੋਈ ਇਨਵੈਸਟਮੈਂਟ ਨਹੀਂ ਕੀਤੀ। ਪੈਸੇ ਦਾ ਕੀ ਹੈ, ਪੈਸਾ ਆਉਂਦਾ ਜਾਂਦਾ ਰਹਿੰਦਾ, ਇਹਨੂੰ ਕਿਸੇ ਚੰਗੇ ਥਾਂ ਲਾ ਦੋਗੇ ਟਿਕ ਜੂਗਾ। ਬਾਕੀ ਦੇਖਦੇ ਹਾਂ, ਬਹੁਤ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਨੇ, ਜਾ ਕੇ ਦੇਖ ਸਕਦੇ ਤੁਸੀਂ। ਮਿਲਦੇ ਹਾਂ ਜੀ ਐਸੀਆਂ ਹੀ ਵੀਡੀਓ ਨਾਲ, ਜੇ ਇਸ ਵੀਡੀਓ ਨੂੰ ਵਧੀਆ ਪਿਆਰ ਮਿਲਦਾ ਆਪਾਂ ਇੱਦਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ। ਕ੍ਰਾਈਮ ਸਟੋਰੀਆਂ ਹੁਣ ਆਪਣੀਆਂ ਬੰਦ ਨੇ, ਯੂਟਿਊਬ 'ਤੇ ਤੋਂ ਆਪਾਂ ਨਹੀਂ ਪਾਉਣੀਆਂ, ਮੈਂ ਫੇਸਬੁੱਕ 'ਤੇ ਮੈਨੂੰ ਲੱਖਾਂ ਮਿਲੀਅਨ 'ਚ ਵਿਊ ਆਉਂਦੇ ਨੇ, ਮੈਂ ਸੇਮ ਯੂਟਿਊਬ 'ਤੇ ਕਰਕੇ, ਪਰ ਯੂਟਿਊਬ ਦੀ ਆਡੀਅੰਸ ਮੇਰੀ ਸਟੂਡੈਂਟ ਆਲਸ ਵਾਲੀ ਆ। ਸੋ ਇੱਥੇ ਹੁਣ ਆਪਾਂ 1 ਤਰੀਕ ਤੋਂ ਬਾਅਦ, ਅੱਜ 1 ਤਰੀਕ ਆ, ਇਸ 'ਤੇ ਆਪਾਂ ਕ੍ਰਾਈਮ ਸਟੋਰੀਆਂ ਬੰਦ ਨੇ ਆਪਣੀਆਂ। ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਵਿੱਚ, ਕਹਾਣੀ ਨਹੀਂ, ਮਿਲਦੇ ਹਾਂ ਕਿਸੇ ਹੋਰ ਇੱਦਾਂ ਦੀ ਇਨਫੋਰਮੇਸ਼ਨ ਵਾਲੀ ਵੀਡੀਓ ਦੇ ਵਿੱਚ। ਸ਼ੁਕਰੀਆ।